ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਆਪਣਾ ਇਹੀ ਹੈ, ਕਾਫੀ ਵੀਰਾਂ ਦੇ ਮੈਨੂੰ ਕੋਲਸ ਆਉਂਦੇ ਸੀ, ਮੈਸੇਜ ਆਉਂਦੇ ਸੀ ਕਿ ਸਾਨੂੰ ਡੈਂਟ ਪ੍ਰੋਬਲਮ ਆਉਂਦੀ ਹੈ ਲਾਸਟ ਡਾਟ ਲਗਾਉਣ ਸਮੇਂ, ਅਤੇ ਪਿਕਸ ਵੀ ਸੈਂਡ ਕਰਦੇ ਹੁੰਦੇ ਸੀ ਵਟਸਐਪ 'ਤੇ, ਅਤੇ ਇਸ ਨੂੰ ਕਿਵੇਂ ਸੋਲਵ ਕੀਤਾ ਜਾਵੇ ਕਿਉਂਕਿ ਇਹ ਉਹ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੋ ਚੁੱਕੀ ਹੈ ਹੁਣ, ਕਿਉਂਕਿ ਪੱਗ ਦੀ ਸ਼ੇਪ ਸੋਹਣੀ ਤਾਂ ਹੀ ਲੱਗਦੀ ਹੈ ਜੇ ਪ੍ਰੋਪਰ ਗੋਲਾਈ ਸ਼ੇਪ ਵੀ ਚਾਹੀ ਹੋਵੇ। ਅਤੇ ਇਸ ਨੂੰ ਕਿਵੇਂ ਸੋਲਵ ਕੀਤਾ ਜਾਵੇ ਤੁਹਾਨੂੰ ਵੀਡੀਓ ਵੀ ਦੱਸਾਂਗੇ, ਤਾਂ ਵੀਡੀਓ ਨੂੰ ਲਾਸਟ ਤੱਕ ਦੇਖਣਾ, ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਸਿਰਫ 7 ਮਿੰਟ ਲੱਗਣਗੇ ਵੀਰੇ, ਟਾਈਮ ਕੱਢ ਕੇ ਜ਼ਰੂਰ 7 ਮਿੰਟ ਦੇਖ ਲਿਓ। ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਲਾਸਟ ਡਾਟ ਵੀ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਲਗਾਉਣਾ ਸਿੱਖ ਜਾਓਗੇ, ਅਤੇ ਤੁਹਾਡੀ ਪ੍ਰੋਬਲਮ ਵੀ ਸੋਲਵ ਹੋ ਜੂਗੀ। ਇਸ ਗੱਲ ਦੀ ਮੈਂ ਗਰੰਟੀ ਲੈਂਦਾ ਕਿਉਂਕਿ ਜਿੰਨਾ ਕੁ ਮੈਨੂੰ ਐਕਸਪੀਰੀਅੰਸ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਦੋ ਤਰੀਕੇ ਦੇ ਤੁਹਾਨੂੰ ਮੈਂ ਲਾਸਟ ਵਾਲੇ ਲੜ ਜਿਹੜੇ ਲਗਾ ਕੇ ਦਿਖਾਊਂਗਾ, ਦੋਨੇ ਮੋਰ ਨਹੀਂ ਹੋਣਗੇ, ਬਟ ਦੋਨੇ ਅਲੱਗ ਅਲੱਗ ਤਰੀਕੇ ਨਾਲ ਲਗਾਵਾਂਗੇ, ਤਾਂ ਜਿਹੜਾ ਵੀ ਤੁਹਾਨੂੰ ਈਜ਼ੀ ਸਟੈਪ ਲੱਗੇਗਾ ਤੁਸੀਂ ਉਹ ਯੂਜ਼ ਕਰ ਸਕਦੇ ਹੋ। ਤਾਂ ਵੀਡੀਓ ਨੂੰ ਲਾਸਟ ਤੱਕ ਦੇਖਣਾ, ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਸਟਾਰਟ ਕਰਦੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਵੀਰੇ ਉੱਤੇ ਜਿਹੜਾ ਆਪਣਾ ਡੈਂਟ ਪਿਆ ਹੋਇਆ, ਅਤੇ ਹੁਣ ਜੇ ਆਪਾਂ ਉੱਤੇ ਨੂੰ ਲਾਸਟ ਡਾਟ ਕਰਕੇ ਲਗਾਵਾਂਗੇ ਤਾਂ ਫਿਰ ਵੀ ਡੈਂਟ ਆਪਣਾ ਦਿਖੂਗਾ, ਜੇਕਰ ਆਪਾਂ ਥੱਲੇ ਨੂੰ ਲਾਸਟ ਡਾਟ ਕਰਕੇ ਲਗਾਵਾਂਗੇ ਆਪਣਾ ਡੈਂਟ ਫਿਰ ਵੀ ਦਿਖੂਗਾ। ਤਾਂ ਆਪਾਂ ਇਸ ਨੂੰ ਕਿਵੇਂ ਸੁਧਾਰਨਾ ਹੈ, ਕਿਉਂਕਿ ਜਦੋਂ ਆਪਾਂ ਲਾਸਟ ਡਾਟ ਲਗਾ ਲਾਂਗੇ ਉਸ ਤੋਂ ਬਾਅਦ ਬਹੁਤ ਹੀ ਬੇਕਾਰ ਲੱਗਦਾ, ਤਾਂ ਆਪਾਂ ਨੂੰ ਇੱਕ ਲੜ ਖੋਲ੍ਹਣਾ ਪਊਗਾ ਇਸ ਲਈ। ਤਾਂ ਇੱਕ ਲੜ ਆਪਾਂ ਸਿੰਪਲੀ ਖੋਲ੍ਹਣਾ, ਉਸ ਤੋਂ ਬਾਅਦ ਖੋਲ੍ਹਣ ਤੋਂ ਬਾਅਦ ਆਪਾਂ ਨੇ ਪੂਰਾ ਜਿਹੜਾ ਲੜ ਹੈ ਜੜ੍ਹ ਤੋਂ ਖੋਲ੍ਹਣਾ। ਜਿਹੜੀ ਪੂਣੀ ਖਰਾਬ ਹੈ ਹੋ ਜਾਵੇ ਕੋਈ ਦਿੱਕਤ ਨਹੀਂ ਹੈ, ਬਟ ਆਪਾਂ ਲੜ ਨੂੰ ਪੂਰਾ ਸਹੀ ਕਰਨਾ, ਖੋਲ੍ਹ ਕੇ ਪਿੱਛੇ ਵੱਲ ਫੋਲਡ ਕਰਿਆ। ਜਿਹੜਾ ਮੋਟਾ ਪੱਲਾ ਆਪਾਂ ਉੱਤੇ ਵੱਲ ਨੂੰ ਕਰਨਾ, ਇਹ ਸਹੀ ਪੋਜੀਸ਼ਨ 'ਚ ਪਹਿਲਾਂ ਦੋਨੇ ਵੱਲ ਇਕੱਠੇ ਕਰ ਲੈਣਾ ਉੱਤੇ ਵੱਲ ਨੂੰ। ਉੱਤੇ ਇਕੱਠੇ ਕਰਨ ਤੋਂ ਬਾਅਦ ਆਪਾਂ ਥੱਲੇ ਵਾਲਾ ਪੱਲਾ ਵੀ ਉੱਤੇ ਵੱਲ ਨੂੰ ਕਰਨਾ, ਅਤੇ ਜਿਹੜਾ ਥੱਲੇ ਪਤਲਾ ਪੱਲਾ ਬਚੂਗਾ ਉਸਨੂੰ ਉਵੇਂ ਰਹਿਣ ਦੇਣਾ, ਅਤੇ ਮੋਟੇ ਵਾਲੇ ਪੱਲੇ ਨੂੰ ਉੱਤੋਂ ਦੀ ਫੜਨਾ, ਅਤੇ ਉਸਨੂੰ ਫੋਲਡ ਕਰਦੇ ਹੋਇਆ ਉੱਤੇ ਵੱਲ ਨੂੰ ਆਪਾਂ ਨੇ ਲਗਾਉਣਾ। ਜਿਹੜਾ ਮੋਟੇ ਵਾਲਾ ਪੱਲਾ ਉਸ ਦਾ ਇਹ ਧਿਆਨ ਰੱਖਣਾ ਤੁਸੀਂ ਕਿ ਜਿਹੜਾ ਉਹ ਬਿਲਕੁਲ ਪਲੇਨ ਹੋਣਾ ਚਾਹੀਦਾ। ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਆਪਣਾ ਖਰਾਬ ਲੱਗ ਰਿਹਾ, ਤਾਂ ਆਪਾਂ ਇਹਨੂੰ ਫਿਰ ਦੁਬਾਰਾ ਸੈੱਟ ਕਰਾਂਗੇ। ਇਹ ਮੈਂ ਤੁਹਾਨੂੰ ਜਾਣ ਜਾਣ ਕੇ ਕਰਕੇ ਦਿਖਾ ਰਿਹਾ ਇਹ ਦੁਬਾਰਾ ਦੁਬਾਰਾ, ਕਿਉਂਕਿ ਇਹ ਪ੍ਰੋਬਲਮ ਅਕਸਰ ਤੁਹਾਨੂੰ ਆਉਂਦੀਆਂ ਨੇ, ਤਾਂ ਇਹ ਤੁਸੀਂ ਸੁਧਾਰਨੀ ਹੈ ਤਾਂ ਇਹ ਤੁਸੀਂ ਵੀਰੇ ਜ਼ਰੂਰ ਸੁਧਾਰੋਗੇ। ਵੀਡੀਓ ਦੇਖ ਕੇ ਤਾਂ ਐਂਡ ਤੱਕ ਦੇਖਣਾ ਵੀਡੀਓ ਨੂੰ, ਬਾਕੀ ਲਾਸਟ ਡਾਟ ਕਿਵੇਂ ਲਗਾਉਣਾ ਇਹ ਵੀ ਤੁਹਾਨੂੰ ਦੱਸਾਂਗੇ ਪੂਰਾ ਬਰੀਫਲੀ ਐਕਸਪਲੇਨ ਕਰਕੇ। 6-7 ਮਿੰਟ ਦੀ ਵੀਡੀਓ ਹੈ ਤਾਂ ਐਂਡ ਤੱਕ ਜ਼ਰੂਰ ਦੇਖਿਓ। ਹੁਣ ਆਪਾਂ ਫਿਰ ਦੁਬਾਰਾ ਫੋਲਡ ਕਰਾਂਗੇ ਬੈਕ ਸਾਈਡ ਤੋਂ, ਥੋੜ੍ਹਾ ਜਿਹਾ ਲੜ ਪਿੱਛੋਂ ਦੀ ਫੋਲਡ ਕਰ ਲੈਣਾ ਕਿਉਂਕਿ ਇਹਦੇ ਉੱਪਰ ਇੱਕ ਲੜ ਆਜੂਗਾ, ਤਾਂ ਇਹ ਜਿਹੜਾ ਇੰਨਾ ਔਡ ਨਹੀਂ ਲੱਗੂਗਾ। ਮੇਨ ਆਪਾਂ ਨੇ ਫਰੰਟ ਤੋਂ ਦੇਖਣਾ, ਬੈਕ ਤੋਂ ਕਿਉਂਕਿ ਆਪਾਂ ਬਾਅਦ 'ਚ ਸੈੱਟ ਕਰ ਸਕਦੇ ਹਾਂ, ਕਿਉਂਕਿ ਇਹਦੇ ਉੱਪਰ ਇੱਕ ਜਿਹੜਾ ਲਾਸ਼ ਵਾਲਾ ਲੜ ਆਉਂਦਾ ਹੁੰਦਾ ਪਿੱਛੋਂ ਸਿਰ ਢੱਕਣਾ ਦਾ ਲੜ। ਹੁਣ ਮੋਟਾ ਪੱਲਾ ਫੜਦਿਆਂ ਹੋਇਆ ਆਪਾਂ ਉੱਤੇ ਵੱਲ ਨੂੰ ਲੈ ਕੇ ਲੈਣਾ, ਨਾ ਹੀ ਆਪਾਂ ਇਹ ਪੱਗ ਵਿੱਚ ਤੁਹਾਨੂੰ ਸ਼ੇਪ ਬਣਾ ਕੇ ਦਿਖਾ ਰਹੇ ਹਾਂ ਅਤੇ ਨਾ ਹੀ ਪੱਗ ਦੀ ਸਫਾਈ ਦਿਖਾ ਰਹੇ ਹਾਂ, ਸਿਰਫ ਤੁਹਾਨੂੰ ਡੈਂਟ ਪ੍ਰੋਬਲਮ ਸੋਲਵ ਕਰਕੇ ਦਿਖਾਵਾਂਗੇ, ਅਤੇ ਸੁੰਦਰ ਤਰੀਕੇ ਨਾਲ ਲਾਸਟ ਡਾਟ ਕਿਵੇਂ ਲਗਾਉਣਾ ਪਟਿਆਲੇ ਸ਼ੀ ਪੱਗ ਦਾ ਉਹ ਦਿਖਾਵਾਂਗੇ। ਤਾਂ ਕੋਈ ਵੀ ਕਮੈਂਟ ਕਰਕੇ ਇਹ ਵੀਰ ਨਾ ਕਿਹਾ ਕਿ ਯਾਰ ਤੁਹਾਡੀ ਸ਼ੇਪ ਨਹੀਂ ਵਧੀਆ ਜਾਂ ਕੁਛ ਨਹੀਂ ਵਧੀਆ। ਹੁਣ ਤੁਸੀਂ ਦੇਖ ਸਕਦੇ ਹੋ ਪੱਗ ਜਿਹੜੀ ਆਪਣਾ ਸੋਰੀ ਜਿਹੜਾ 6ਵਾਂ ਲੜ ਹੈ ਬਿਲਕੁਲ ਸਾਫ਼ ਆ ਰਿਹਾ, ਅਤੇ ਕੋਈ ਡੈਂਟ ਨਹੀਂ ਆ ਰਿਹਾ, ਕੁਛ ਵੀ ਨਹੀਂ ਆ ਰਿਹਾ ਇਸ ਲੜ ਵਿੱਚ। ਇਹ ਤਰੀਕਾ ਹੁੰਦਾ ਵੀਰੇ ਲੜ ਨੂੰ ਐਡਜਸਟ ਕਰਨ ਦਾ, ਹਰ ਇੱਕ ਲੜ ਵਿੱਚ ਤੁਸੀਂ ਇਹ ਪ੍ਰੋਬਲਮ ਜੇ ਤੁਹਾਨੂੰ ਆਉਂਦੀ ਹੈ ਤੁਸੀਂ ਇੱਦਾਂ ਹੀ ਸੋਲਵ ਕਰ ਸਕਦੇ ਹੋ। ਬਾਕੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਨੂੰ ਫਿਰ ਦੁਬਾਰਾ ਇਹ ਪ੍ਰੋਬਲਮ ਆਈ। ਬਾਕੀ ਹੁਣ ਸਿੰਪਲੀ ਆਪਾਂ ਪਿੰਚ ਕਰਾਂਗੇ ਲੜ ਨੂੰ, ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਜਿਵੇਂ ਆਪਾਂ ਤੁਹਾਨੂੰ ਬਰੀਫਲੀ ਐਕਸਪਲੇਨ ਕਰਕੇ ਵੀਡੀਓਸ ਆਲਰੇਡੀ ਪਾਈਆਂ ਹੋਈਆਂ ਨੇ ਕਿ ਕਿਵੇਂ ਪਟਿਆਲਾ ਸ਼ੀ ਪੱਗ ਬੰਨਣੀ ਆ। ਮੇਨ ਜਿਹੜਾ ਪ੍ਰੋਬਲਮ ਆਪਾਂ ਦੱਸੀ ਹੈ ਤੁਹਾਨੂੰ, ਉਮੀਦ ਸੋਲਵ ਹੋ ਜੂਗੀ। ਬਾਕੀ ਵੀਰੇ ਜਿੰਨੇ ਵੀ ਵੀਰ ਆਪਣੇ ਦੇਖ ਰਹੇ ਨੇ ਆਪਣੀ ਵੀਡੀਓ, ਆਪਾਂ ਗੇਮਿੰਗ ਚੈਨਲ ਸ਼ੁਰੂ ਕੀਤਾ, ਪਬਜੀ ਦੀ ਲਾਈਵ ਸਟ੍ਰੀਮ ਵੀ ਕਰਦੇ ਹੁੰਦੇ ਹਾਂ, ਅਤੇ ਹੁਣ ਵੀਡੀਓ ਵੀ ਅਪਲੋਡ ਕਰਨ ਲੱਗ ਗਿਆ, ਫਨੀ ਹਾਈਲਾਈਟਸ ਅਪਲੋਡ ਕਰਦੇ ਹਾਂ, ਕਾਫੀ ਫਨੀ ਚੀਜ਼ਾਂ ਲੈ ਕੇ ਆਉਂਦੇ ਹਾਂ, ਅਤੇ ਗੇਮ ਪਲੇ ਵੀ ਦਿਖਾਉਂਦੇ ਹਾਂ ਆਪਣਾ ਜਿੰਨੇ ਕੁ ਵੈਸੇ ਜੋਗੇ ਹੈਗੇ ਆ। ਤਾਂ ਜ਼ਰੂਰ ਚੈੱਕ ਕਰਿਓ ਇੱਕ ਵਾਰੀ, ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਆਪਣੇ ਨਵੇਂ ਚੈਨਲ ਦਾ, ਗੇਮਿੰਗ ਚੈਨਲ ਦਾ। ਤਾਂ ਵੀਰੇ ਜਿਹੜੇ ਵੀ ਸਪੋਰਟ ਕਰਨਾ ਚਾਹੁੰਦੇ ਆ ਜਾਂ ਗੇਮਿੰਗ ਵਿੱਚ ਇੰਟਰਸਟ ਰੱਖਦੇ ਹੋ, ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਐਂਟਰਟੇਨ ਕਰੀਏ, ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ। ਜੇ ਵਧੀਆ ਲੱਗਦਾ ਤਾਂ ਹੀ ਸਬਸਕ੍ਰਾਈਬ ਕਰਨਾ, ਮੈਂ ਨਹੀਂ ਕਹਿੰਦਾ ਕਿ ਹਰ ਇੱਕ ਵੀਰ ਧੱਕੇ ਨਾਲ ਸਬਸਕ੍ਰਾਈਬ ਕਰੋ, ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ, ਜੇ ਵਧੀਆ ਲੱਗਦਾ ਸਬਸਕ੍ਰਾਈਬ ਵੀ ਕਰ ਲਿਓ। ਬਾਕੀ ਹੁਣ ਆਪਾਂ ਸ਼ੇਪ ਬਣਾ ਲਈ ਪਿੱਛੋਂ ਦੀ ਸੈੱਟ ਕਰੀ, ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਯਾਰ 6ਵਾਂ ਲੜਾ ਕਿੰਨਾ ਬਿਲਕੁਲ ਸੋਰੀ 6ਵਾਂ ਕਰੀ ਯਾਰ, ਮੈਨੂੰ ਆਦਤ ਪਈ ਹੋਈ ਹੈ, ਸੋਰੀ 5ਵਾਂ ਲੜਾ ਜਿਹੜਾ ਆਪਣਾ ਬਿਲਕੁਲ ਸਾਫ਼ ਆ ਗਿਆ, ਹੁਣ ਕੋਈ ਵੀ ਖੱਡਾ ਨਹੀਂ ਪਿਆ ਇੱਥੇ, ਕੋਈ ਡੈਂਟ ਨਹੀਂ ਪਿਆ। ਹੁਣ ਆਪਾਂ ਲਾਸਟ ਲੜ ਕਿਵੇਂ ਲਗਾਉਣਾ ਇਹ ਖਿਆਲ ਧਿਆਨ ਵਿੱਚ ਰੱਖਣਾ। ਪਹਿਲਾਂ ਤਾਂ ਲੜ ਨੂੰ ਆਪਾਂ ਬਿਲਕੁਲ ਥੱਲੇ ਵੱਲ ਨੂੰ ਖਿੱਚ ਲੈਣਾ 5ਵੇਂ ਲੜ ਨੂੰ, ਇਹਦੇ ਨਾਲ ਕੀ ਹੋਊਗਾ ਜਦੋਂ ਆਪਾਂ ਲਾਸਟ ਲੜ ਲਗਾਵਾਂਗੇ ਆਪਣਾ ਖਿਸਕੂਗਾ ਨਹੀਂ, ਤਾਂ ਵੀਰੇ ਇਹ ਆਪਣਾ ਜਿਹੜਾ ਪਹਿਲਾ ਸਟੈਪ ਹੈ। ਉਸ ਤੋਂ ਬਾਅਦ ਜਿਹੜਾ ਆਪਾਂ ਉੱਪਰ ਹਲਕੇ ਹਲਕੇ ਵੱਟ ਤਾਂ ਪਾ ਰਹੇ ਹਾਂ, ਇਹਦੇ ਨਾਲ ਥੋੜ੍ਹੀ ਜਿਹੜੀ ਆਪਣੀ ਲਾਸਟ ਲੜ ਦੀ ਫਲਾਵਟ ਹੈ ਉਹ ਆਊਗੀ, ਅਤੇ ਜਿਹੜੀ ਡੈਂਟ ਪ੍ਰੋਬਲਮ ਹੈ ਤੁਹਾਨੂੰ ਹੋਰ ਜ਼ਿਆਦਾ ਘੱਟ ਜੂਗੀ, ਅਤੇ ਪਿੱਛੋਂ ਵੀ ਲੜ ਨੂੰ ਹਲਕਾ ਹਲਕਾ ਖਿੱਚ ਲੈਣਾ, ਤਾਂ ਹੀ ਆਪਣੀ ਜਿਹੜੀ ਪੱਗ ਦੀ ਸ਼ੇਪ ਫਲਾਵਟ ਵਿੱਚ ਆਊਗੀ, ਅਤੇ ਲਾਸਟ ਲੜ ਵੀ ਆਪਣਾ ਫਲਾਵਟ ਵਿੱਚ ਲੱਗੂਗਾ, ਜੋ ਕਿ ਆਪਣਾ ਵਧੀਆ ਲੱਗੂਗਾ। ਬਾਕੀ ਹੁਣ ਆਪਾਂ ਚੱਲਦੇ ਹਾਂ ਲਾਸਟ
ਉਸ ਤੋਂ ਬਾਅਦ ਫਿਰ ਲੜਾ ਢਿੱਲਾ ਹੋਣਾ ਸਟਾਰਟ ਹੋ ਜਾਂਦਾ ਜੇ ਆਪਾਂ ਸੈੱਟ ਕਰਦੇ ਹਾਂ ਤਾਂ ਇਹ ਚੀਜ਼ਾਂ ਨਾਲ ਦੇ ਨਾਲ ਆਪਾਂ ਨੂੰ ਗੌਰ ਕਰਨਾ ਪੈਂਦਾ। ਬਾਕੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਿਆ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਅਕਸਰ ਕਾਫ਼ੀ ਵੀਰਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ, ਮੈਂ ਨਹੀਂ ਕਹਿੰਦਾ ਵੀਰੇ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਜੇ ਤੁਹਾਨੂੰ ਵਧੀਆ ਲੱਗੂਗਾ ਤੁਸੀਂ ਆਪੇ ਕਰੋਗੇ, ਬਟ ਮੈਂ ਇੰਨੀ ਕੁ ਬੇਨਤੀ ਕਰੂੰਗਾ ਕਿ ਸ਼ੇਅਰ ਜ਼ਰੂਰ ਕਰ ਦਿਓ ਯਾਰ, ਹੋਰ ਵੀਰਾਂ ਨੂੰ ਵੀ ਇਹ ਜਿਹੜੀ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਲਈ ਸੋਲਵ ਹੋ ਜਾਏ ਯਾਰ, ਕਿਉਂਕਿ ਮੇਰਾ ਵੀਡੀਓ ਬਣਾਉਣ ਦਾ ਇਹੀ ਮੋਟਿਵ ਹੁੰਦਾ ਕਿ ਹਰ ਇੱਕ ਵੀਰ ਨੂੰ ਵੱਧ ਤੋਂ ਵੱਧ ਮੇਰੀ ਜਾਣਕਾਰੀ ਮਿਲੇ ਅਤੇ ਉਹ ਵੀ ਵੀਰ ਆਪਣਾ ਜਿਹੜਾ ਪੱਗ 'ਚ ਸੁਧਾਰ ਕਰੇ। ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਲਾਸਟ ਸ਼ਾਟ ਬਿਲਕੁਲ ਸਹੀ ਤਰੀਕੇ ਨਾਲ ਤਿਆਰ ਹੋ ਚੁੱਕਿਆ, ਕੋਈ ਡੈਂਟ ਨਹੀਂ ਪੈ ਰਿਹਾ ਕੁਛ ਨਹੀਂ। ਪਹਿਲਾਂ ਤਾਂ ਆਪਾਂ ਤੁਹਾਨੂੰ ਦੋ ਤਰੀਕੇ ਨਾਲ ਲਾਸਟ ਸ਼ਾਟ ਲਗਾ ਕੇ ਦਿਖਾਉਣਾ। ਪਹਿਲਾਂ ਜਿਹੜਾ ਆਪਾਂ ਲਾਸਟ ਸ਼ਾਟ ਲਗਾਵਾਂਗੇ ਇਹ ਆਪਾਂ ਪਹਿਲਾਂ ਥੋੜ੍ਹਾ ਮੋੜ ਲਾਂਗੇ, ਉਸ ਤੋਂ ਬਾਅਦ ਪੱਗ ਪਿੰਨ ਲਗਾਵਾਂਗੇ। ਦੂਜੇ ਤਰੀਕੇ ਦਾ ਜਿਹੜਾ ਲਾਸਟ ਸ਼ਾਟ ਹੋਊਗਾ ਉਹ ਪੱਗ ਪਿੰਨ ਲਗਾ ਕੇ ਬਾਅਦ ਵਿੱਚ ਮੋੜਨਾ ਆਪਾਂ ਨੇ, ਤਾਂ ਇਹ ਗੱਲਾਂ ਧਿਆਨ ਵਿੱਚ ਰੱਖਣੀ ਹੈ। ਪਹਿਲਾਂ ਆਪਾਂ ਲੜ ਨੂੰ ਫੋਲਡ ਕਰ ਲੈਣਾ, ਕਲਗੀ ਜਿਹੜੀ ਆਪਣੀ ਮੋੜ ਲੈਣੀ ਹੈ, ਉਸ ਤੋਂ ਬਾਅਦ ਇੱਥੇ ਪੱਗ ਪਿੰਨ ਲਗਾਵਾਂਗੇ ਅਤੇ ਆਪਣਾ ਇਹ ਲਾਸਟ ਸ਼ਾਟ ਤਿਆਰ ਹੋ ਜਾਏਗਾ। ਹੁਣ ਆਪਾਂ ਉੱਤੇ ਪੱਗ ਪਿੰਨ ਲਗਾ ਸਕਦੇ ਹਾਂ, ਆਪਣਾ ਲਾਸਟ ਸ਼ਾਟ ਤਿਆਰ ਹੋ ਚੁੱਕਿਆ। ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਦੂਜੇ ਤਰੀਕੇ ਦਾ ਲੜ ਜੋ ਕਿ ਮੈਂ ਯੂਜ਼ ਕਰਦਾ, ਜੋ ਕਿ ਬਹੁਤ ਈਜ਼ੀ ਹੈ। ਬਾਕੀ ਇਹ ਦੋ ਤਰੀਕੇ ਦੇ ਮੈਂ ਲਾਸਟ ਸ਼ਾਟ ਇਸ ਲਈ ਦਿਖਾਏ ਨੇ ਕਿਉਂਕਿ ਹਰ ਇੱਕ ਵੀਰ ਦਾ ਆਪਣਾ ਆਪਣਾ ਤਰੀਕਾ ਹੁੰਦਾ, ਜਿਹੜੇ ਵੀਰ ਨੂੰ ਜਿਹੜਾ ਤਰੀਕਾ ਈਜ਼ੀ ਲੱਗਿਆ ਉਹ ਯੂਜ਼ ਕਰ ਸਕਦਾ। ਇਹ ਤਰੀਕੇ 'ਚ ਇਹ ਹੈ, ਪਹਿਲਾਂ ਆਪਾਂ ਥੱਲੇ ਵੱਲ ਨੂੰ ਹਲਕਾ ਜਿਹਾ ਲੜ ਨੂੰ ਖਿੱਚਣਾ, ਖਿੱਚਣ ਤੋਂ ਬਾਅਦ ਆਪਾਂ ਟੇਢਾ ਕਰ ਲੈਣਾ ਲਾਸਟ ਸ਼ਾਟ ਨੂੰ, ਉਸ ਤੋਂ ਬਾਅਦ ਆਪਾਂ ਨੇ ਜੜ ਵਿੱਚ ਇੱਕ ਪੱਗ ਪਿੰਨ ਲਗਾਉਣੀ ਹੈ। ਪੱਗ ਪਿੰਨ ਤੁਸੀਂ ਉੱਦਾਂ ਨਹੀਂ ਲਗਾਇਓ ਜਿਹੜੀ ਹਿੱਲੇ ਨਾ, ਕਿਉਂਕਿ ਕਈ ਪੱਗ ਪਿੰਨਾਂ ਬਹੁਤ ਪਤਲੀਆਂ ਹੁੰਦੀਆਂ ਅਤੇ ਉਹ ਲਾੜ ਮੋਟਾ ਹੋਣ ਕਰਕੇ ਖਿਸਕ ਜਾਂਦੀਆਂ ਨੇ। ਜਦੋਂ ਆਪਾਂ ਪੱਗ ਪਿੰਨ ਲਗਾਉਣੀ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਅੰਗੂਠਾ ਹੁੰਦਾ ਨਾ ਵੀਰੇ, ਅੰਗੂਠੇ ਦੀ ਮਦਦ ਨਾਲ ਆਪਾਂ ਨੇ ਲੜ ਨੂੰ ਅੰਦਰ ਵੱਲ ਨੂੰ ਖਿੱਚਣਾ, ਕੁਛ ਨਹੀਂ ਕਰਨਾ, ਅੰਦਰ ਵੱਲ ਨੂੰ ਖਿੱਚਣਾ ਅਤੇ ਪਿੱਛੋਂ ਦੀ ਫੜ ਕੇ ਲੜ ਨੂੰ ਘੁਮਾ ਲੈਣਾ। ਘੁਮਾਉਣ ਤੋਂ ਬਾਅਦ ਆਪਾਂ ਨੇ ਹਲਕੇ ਹਲਕੇ ਜਿਹੜੇ ਵੱਟ ਪਾਉਣੇ ਆ, ਵੱਟ ਪਾਉਣ ਨਾਲ ਆਪਣੇ ਜਿਹੜੇ ਲਾਸਟ ਸ਼ਾਟ ਵਿੱਚ ਥੋੜ੍ਹੀ ਸੁੰਦਰਤਾ ਵੱਧ ਜੂਗੀ। ਬਾਕੀ ਵੀਰੇ ਆਪਾਂ ਬਹੁਤ ਬਰੀਫਲੀ ਐਕਸਪਲੇਨ ਕਰਕੇ ਦੱਸ ਰਹੇ ਹਾਂ ਤੁਹਾਨੂੰ, ਐਵੇਂ ਕੋਈ ਨਹੀਂ ਦੱਸਦਾ ਯਾਰ ਇੰਨੇ ਗੌਰ ਨਾਲ, ਤਾਂ ਇੱਕ ਵਾਰ ਯਾਰ ਸ਼ੇਅਰ ਜ਼ਰੂਰ ਕਰਦੇ, ਬਸ ਇੰਨੀ ਕੁ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਹੋਰ ਵੀਰਾਂ ਤੱਕ ਪਹੁੰਚਾਇਓ, ਤਾਂ ਹੀ ਵੀਰਾਂ ਦੀ ਜਿਹੜੀ ਪ੍ਰੋਬਲਮ ਉਹ ਸੋਲਵ ਹੋਊਗੀ। ਹੋਰ ਕਿਹੜੀ ਕਿਹੜੀ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਦਸਤਾਰ ਵਿੱਚ, ਕਿਸੇ ਵੀ ਦਸਤਾਰ ਵਿੱਚ, ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਆਪਾਂ ਜਲਦੀ ਉਸ ਟੋਪਿਕ ਦਾ ਵੀ ਵੀਡੀਓ ਲੈ ਕੇ ਆਵਾਂਗੇ ਅਤੇ ਆਪਣਾ ਲਾਸਟ ਸ਼ਾਟ ਲੱਗ ਚੁੱਕਿਆ, ਹੁਣ ਆਪਾਂ ਪੱਗ ਪਿੰਨ ਉੱਤੇ ਲਗਾ ਲਾਂਗੇ। ਬਾਕੀ ਇਹ ਸੀ ਆਪਣੀ ਅੱਜ ਦੀ ਵੀਡੀਓ, ਤਾਂ ਕਿੱਦਾਂ ਲੱਗੀ ਵੀਡੀਓ ਵੀਰੇ ਕਮੈਂਟ ਕਰਕੇ ਜ਼ਰੂਰ ਦੱਸਿਓ, ਤਾਂ ਇੱਕ ਵਾਰੀ ਗੇਮਿੰਗ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ, ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ, ਵਿਜ਼ਿਟ ਜ਼ਰੂਰ ਕਰਿਓ ਜਾ ਕੇ, ਜੇ ਤੁਹਾਨੂੰ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ, ਵੀਡੀਓਜ਼ ਵੀ ਵੋਚ ਕਰਨਾ, ਬਹੁਤ ਵਧੀਆ ਹਾਈਲਾਈਟ ਪਾਇਆ ਕਰਾਂਗੇ। ਬਾਕੀ ਜਲਦੀ ਮਿਲਾਂਗੇ ਆਪਾਂ ਨਵੀਂ ਵੀਡੀਓ ਲੈ ਕੇ, ਅੱਜ ਲਈ ਸਿਰਫ ਇੱਦਾਂ ਹੀ ਹੈ। ਵੀਡੀਓ ਵਧੀਆ ਲੱਗੇ ਹੋਵੇ ਤਾਂ ਸ਼ੇਅਰ ਕਰ ਦਿਓ। ਸਤਿ ਸ਼੍ਰੀ ਅਕਾਲ ਜੀ।